ਘੁੰਮ ਕੇ ਮੈਂ ਵੇਖਿਆ ਆ ਦੁਨੀਆਂ ਸਾਰੀ ਲੱਭਣੀ ਨਹੀਂ ਮੋਜ ਪੰਜਾਬ ਵਰਗੀ ਤਾਂ ਸ਼ਾਇਦ ਜਿਹੜਾ ਵੀ ਬਾਹਰ ਚਲਿਆ ਜਾਂਦਾ ਨਾ ਜਾਂ ਕਿਸੇ ਵੀ ਦੇਸ਼ ਵਿੱਚ ਆ ਜਾਂਦਾ ਉਹ ਇਹੀ ਕਹਿੰਦਾ ਹਾਏ ਮੋਜ ਨਹੀਂ ਪੰਜਾਬ ਵਰਗੀ ਹੈਗੀ ਹੋਰ ਚਾਹੇ ਸਾਰਾ ਕੁਝ ਹੀ ਹੈ ਸਵਾਗਤ ਸਾਸਤਰਿਕਾਲ ਜੀ ਆਇਆਂ ਨੂੰ ਮੈਂ ਬਰਨ ਕੌਰਮਾਨ ਤੇ ਪ੍ਰੋਗਰਾਮ ਵਿਰਾਸਤੀ ਪੜਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਖੂਬਸੂਰਤ ਪੰਜਾਬ ਦੀਆਂ ਰੌਣਕਾਂ ਜਿਹੜੀਆਂ ਨੇ ਹਰ ਕਿਸੇ ਦੇ ਦਿਲ ਨੂੰ ਨਾ ਚੰਗੀਆਂ ਲੱਗਦੀਆਂ ਨੇ ਕਿਉਂਕਿ ਪੰਜਾਬ ਦੀ ਰੌਣਕ ਤਾਂ ਦੀਨ ਦੁਨੀਆ 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 ਦੇ ਹਰ ਕੋਨੇ ਦੇ ਵਿੱਚ ਮਸ਼ਹੂਰ ਹੈ ਅਸਲ ਦੇ ਵਿੱਚ ਪੰਜਾਬ ਤੋਂ ਬਾਹਰ ਇੱਕ ਕਦਮ ਰੱਖ ਲੋ ਪੰਜਾਬ ਦੀ ਰੌਣਕ ਹਰ ਪਾਸੇ ਦੇਖਣ ਨੂੰ ਮਿਲ ਜਾਂਦੀ ਹੈ ਪੰਜਾਬ ਦੀ ਰੌਣਕ ਸ਼ੁਰੂ ਹੁੰਦੀ ਹੈ ਪੰਜਾਬ ਦੇ ਖਾਣ ਪੀਣ ਤੋਂ ਪੰਜਾਬ ਦੇ ਟਾਬਿਆਂ ਤੋਂ ਪੰਜਾਬ ਤੋਂ ਬਾਹਰ ਗਏ ਨੀ ਹਰ ਥਾਂ ਤੇ ਤੀਸਰੇ ਟਾਬੇ ਦਾ ਨਾਮ ਤੁਹਾਨੂੰ ਮਿਲੇਗਾ ਪੰਜਾਬੀ ਢਾਬਾ ਪੰਜਾਬੀ ਢਾਬਾ ਪੰਜਾਬੀ ਟਾਪਾ ਔਰ ਇਹ ਸ਼ਾਇਦ ਪੰਜਾਬ ਦੇ ਫੂਡ ਦੀ ਖਾਸੀਅਤ ਹੈ ਪੰਜਾਬ ਦੇ ਖਾਣੇ ਦਾ ਸਵਾਦ ਹੈ ਕਿ ਜਿੱਥੇ ਮਰਜੀ ਤੁਸੀਂ ਹੋਵੋ ਪੰਜਾਬ ਦੇ ਨਾਮ ਦੇ ਉੱਤੇ ਪੰਜਾਬ ਦੇ ਖਾਣੇ ਦੇ ਨਾਮ ਦੇ ਉੱਤੇ ਚੰਗਾ ਬਿਜ਼ਨਸ ਰੈਸਟੋਰੈਂਟਸ ਵਾਲੇ ਆਰਾਮ ਦੇ ਨਾਲ ਕਰਦੇ ਨੇ ਔਰ ਪੰਜਾਬ ਦੇ ਖਾਣੇ ਦੀ ਇਹ ਖਾਸੀਅਤ ਵੀ ਹੁੰਦੀ ਹੈ ਨਾ ਕਿ ਸਿਆਲਾਂ ਨੂੰ ਤੇ ਸਾਨੂੰ ਚਾਹੀ ਚੜ ਜਾਂਦਾ ਆ ਕਿ ਪਿੰਨੀਆਂ ਸਾਗ ਇਹ ਵੋ ਗਰਮੀਆਂ ਦਾ ਵੱਖਰਾ ਸਵਾਦ ਉਹੀ ਗੱਲ ਹੈ ਨਾ ਕਿ ਘੁੰਮ ਕੇ ਵੇਖਿਆ ਆ ਦੁਨੀਆ ਇਹ ਸਾਰੀ ਲੱਭਣੀ ਨਹੀਂ ਮੌਜ ਪੰਜਾਬ ਵਰਗੀ ਹੁਣ ਤੁਸੀਂ ਆਪ ਦੇਖ ਲਓ ਕਿ ਉਹ ਸਵਾਦ ਥੋੜੀ ਆਉਂਦਾ ਤੁਸੀਂ ਵੱਡੇ ਸਾਰੇ ਮਾਲ ਦੇ ਵਿੱਚ ਜਾਂਦੇ ਆ ਆਪਾਂ ਤੇ ਉਥੋਂ ਪੈਕੇਟ ਬੰਦ ਛਲੀਆਂ ਲੈਣੇ ਆ ਉੱਤੇ ਲਿਖਿਆ ਹੁੰਦਾ ਬੋਇਲਡ ਕੌਰ ਫਲਾਨਾ ਕੌਰ ਜਿਹੜੀ ਤਾਜ਼ੀਆਂ ਛਲੀਆਂ ਟਰੈਕਟ ਖੇਤਾਂ ਚੋਂ ਤੋੜ ਕੇ ਭੁੰਨ ਲੈਣੀਆਂ ਉਹਨਾਂ ਦਾ ਵੱਖਰਾ ਸਵਾਦ ਹੈ ਜਾਂਵਰ ਮੰਡੀ ਤੋਂ ਕਣਕ ਦੇ ਦਾਣੇ ਲਿਆ ਕੇ ਖੁੱਦ ਪਿਹਾ ਕੇ ਉਹਨਾਂ ਦਾ ਆਟਾ ਬਣਾ ਲੈਣਾ ਜੋ ਮਰਜ਼ੀ ਹੋ ਜਵੇ ਉਹ ਸਵਾਦ ਥੋੜੀ ਆਉਂਦਾ ਹੈ ਜਿਹੜਾ ਘਰੇ ਕਣਕ ਲਿਆ ਕੇ ਆਪਣਾ ਆਟਾ ਪਹਿੋਣਾ ਘਰੇ ਮੱਕੀ ਲਿਆ ਕੇ ਆਪਣਾ ਆਟਾ ਪਹਿੋਣਾ ਮਤਲਬ ਅਨਾਜ ਆਪਣੇ ਜਿਹੜੇ ਉਹਨਾਂ ਨੂੰ ਆਪ ਤਿਆਰ ਕਰਨਾ ਹੁਣ ਇਹ ਚੀਜ਼ਾਂ ਪੰਜਾਬ ਦੇ ਵਿੱਚ ਵੀ ਖਤਮ ਹੋ ਰਹੀਆਂ ਪੰਜਾਬ ਤੇ ਸ਼ਹਿਰੀ ਤਬਕਿਆਂ ਦੇ ਵਿੱਚ ਖਾਸ ਤੌਰ ਤੇ ਬਹੁਤ ਸਾਰੇ ਲੋਕ ਪੈਕੇਟ ਬੰਦ ਚੀਜ਼ਾਂ ਦੇ ਵੱਲ ਭੱਜ ਰਹੇ ਨੇ ਉਹ ਕੀ ਲੋੜ ਹੈ ਪੰਜਾਬ ਦੇ ਵਿੱਚ ਰਹਿੰਦਿਆਂ ਹੋਇਆਂ ਇਹਨਾਂ ਚੀਜ਼ਾਂ ਦੀ ਗੱਲ ਇਹ ਹੈ ਕਿ ਜਿਹੜਾ ਲੋਕਾਂ ਨੂੰ ਜਿਹੜੇ ਲੋਕ ਇਹਨਾਂ ਚੀਜ਼ਾਂ ਨੂੰ ਤਰਸਦੇ ਨੇ ਉਹਨਾਂ ਨੂੰ ਪੁੱਛ ਕੇ ਵੇਖੋ ਤਾਜ਼ੇ ਫੂਡ ਦੀ ਕੀਮਤ ਕੀ ਹੁੰਦੀ ਹੈ ਪੰਜਾਬ ਦੇ ਖੇਤਾਂ ਦੀਆਂ ਵੱਟਾਂ ਤੋਂ ਪਟੀਆਂ ਹੋਈਆਂ ਮੂਲੀਆਂ ਨੂੰ ਖਾਣ ਦਾ ਸਵਾਦ ਕੀ ਹੁੰਦਾ ਹੈ ਉਹਨਾਂ ਗਾਜਰਾਂ ਦਾ ਉਹਨਾਂ ਛਲਗਮਾਂ ਦਾ ਬਣਦਿਆਂ ਹੋਇਆਂ ਕੁੱਕਰਾਂ ਦੇ ਵਿੱਚ ਚੁੱਲਿਆਂ ਦੇ ਉੱਤੇ ਜਾਂ ਫਿਰ ਗੈਸ ਦੇ ਉੱਤੇ ਵੀ ਕੜਾਈਆਂ ਦੇ ਵਿੱਚ ਰਿਜਦਿਆਂ ਮਹਿਕ ਦਾ ਕਿੰਨਾ ਫਰਕ ਹੁੰਦਾ ਹੈ ਅਸੀਂ ਹਰ ਚੀਜ਼ ਜਦੋਂ ਪੈਕੇਟ ਬੰਦ ਵੱਡੇ ਵੱਡੇ ਮੋਲਾਂ 'ਚ ਦੇਖਦੇ ਆ ਥੋੜਾ ਦੁੱਖ ਵੀ ਲੱਗਦਾ ਹੁਣ ਜਿਹੜੇ ਲੋਕ ਪੰਜਾਬ ਦੇ ਵਿੱਚ ਪਲੇ ਆ ਇੱਥੇ ਵੱਡੇ ਹੋਇਆ ਬਾਅਦ ਵਿੱਚ ਉਹਨਾਂ ਦਾ ਵਿਦੇਸ਼ਾਂ ਜਾਣਾ ਚ ਹੋਇਆ ਵਿਦੇਸ਼ਾਂ 'ਚ ਜਾਣਾ ਹੋਇਆ ਖਾਸ ਤੌਰ ਤੇ ਸਾਡੇ ਬਜ਼ੁਰਗਾਂ ਦਾ ਉਹਨਾਂ ਨੂੰ ਤੇ ਉਹ ਸਵਾਦ ਹੀ ਨਹੀਂ ਆਉਂਦਾ ਉਹ ਇਦਾਂ ਲਿਖ ਦਿੰਦੇ ਐਨੀ ਫੈਟ ਵਾਲਾ ਮਿਲਕ ਐਨੀ ਫੈਟ ਵਾਲਾ ਮਿਲਕ ਉਹ ਪੰਜਾਬ ਚ ਗਿੱਜੇ ਹੋਏ ਹੁੰਦੇ ਸੀ ਇਹ ਫਲਾਨੀ ਮੱਝ ਦਾ ਦੁੱਧ ਹੈ ਆ ਮੱਝ ਦਾ ਦੁੱਧ گاੜਾ ਆ ਆ ਗਾਂ ਦਾ ਦੁੱਧ ਜਿਹੜਾ ਆ ਇਹ ਥੋੜਾ ਪਤਲਾ ਆ ਸੋ ਉਹਨਾਂ ਲੋਕਾਂ ਦੇ ਲਈ ਇਹ ਚੀਜ਼ਾਂ ਥੋੜੀਆਂ ਅਲੱਗ ਲੱਗਦੀਆਂ ਨੇ ਜਦੋਂ ਸਾਡਾ ਫੂਡ ਇੰਨਾ ਮਸ਼ਹੂਰ ਹੈ ਜਿਹੜਾ ਉਹ ਸਾਨੂੰ ਬਾਹਰ ਜਾ ਕੇ ਨਹੀਂ ਮਿਲਦਾ ਤੇ ਸਾਨੂੰ ਦੁੱਖ ਥੋੜਾ ਜਾਂ ਤਾਂ ਨਹੀਂ ਕਿੰਨਾ ਸਾਰਾ ਲੱਗਦਾ ਹੀ ਲੱਗਦਾ ਹੈ ਕਿਉਂਕਿ ਸਵਾਦ ਵੱਖਰੇ ਨੇ ਪੰਜਾਬ ਦੇ ਖਾਣੇ ਦੇ ਹਨ ਇਹਦੇ ਪਿੱਛੇ ਬੜੇ سارے ਲੌਜੀਕ ਵੀ ਨੇ ਜਿਹੜੇ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਆਂ ਔਰ ਤੁਸੀਂ ਇਹ ਦੇਖ ਲਓ ਕਿ ਲੋਕ ਸਾਡੇ ਪੰਜਾਬ ਦੇ ਨਾਮ ਤੋਂ ਆਪਣੇ ਰੈਸਟੋਰੈਂਟ ਚਲਾ ਕੇ ਕਿੰਨਾ ਪੈਸਾ ਕਮਾ ਰਹੇ ਨੇ ਦਾਲ ਮਖਣੀ ਸਾਰੀ ਜਗ੍ਹਾ ਮਸ਼ਹੂਰ ਆ ਹਨਾ ਪੰਜਾਬ ਦੀ ਪਰ ਕੀ ਉਹ ਸਵਾਦ ਹਰ ਜਗ੍ਹਾ ਖਾਣ ਨੂੰ ਮਿਲਦਾ ਇਹ ਤਾਂ ਉਹੀ ਦੱਸ ਸਕਦੇ ਨੇ ਨਾ ਜਿਨ੍ਹਾਂ ਨੇ ਪੰਜਾਬ ਦੀ ਦਾਲ ਮਖਣੀ ਦਾ ਸਵਾਦ ਚੱਖਿਆ ਹੋਇਆ ਹੁਣ ਪੰਜਾਬ ਦਾ ਜਿਹੜਾ ਸਾਗ ਆ ਹਰ ਢਾਬੇ ਤੇ ਤੁਹਾਨੂੰ ਮਿਲ ਜਾਂਦਾ ਥਾਂ ਥਾਂ ਤੇ ਲਿਖਿਆ ਹੁੰਦਾ ਇੱਥੇ ਸਾਗ ਮੱਕੀ ਦੀ ਰੋਟੀ ਜਿਨ੍ਹਾਂ ਨੇ ਪਿੰਡਾਂ ਦਾ ਚੁੱਲਿਆਂ ਦਾ ਰਿੱਜਿਆ ਸਾਗ ਖਾਧਾ ਆ ਉਹਨਾਂ ਨੂੰ ਪੁੱਛ ਕੇ ਵੇਖੋ ਕਿ ਉਹਨਾਂ ਨੂੰ ਮਿਕਸੀ ਦੇ ਵਿੱਚ ਗ੍ਰਾਇੰਡ ਕੀਤੇ ਹੋਏ ਸਾਗ ਦਾ ਉਹ ਸੁਆਦ ਆਉਂਦਾ ਮੇਰਾ ਜਵਾਬ ਹੋਏਗਾ ਸ਼ਾਇਦ ਨਹੀਂ ਪ੍ਰੋਗਰਾਮ ਵਿਰਾਸਤੀ ਪੜਾ ਪੰਜਾਬੀਆਂ ਨੂੰ ਨਾ ਉੱਚਾ ਬੋਲਣਾ ਬਹੁਤ ਪਸੰਦ ਆਂਦੇ ਮਤਲਬ ਜੀ ਆਪਣੇ ਘਰੇ ਗੱਲ ਕਰਦੇ ਹਨ ਗਵਾਂਡ ਦੇ ਵਿੱਚ ਪਤਾ ਲੱਗ ਜਾਂਦਾ ਜਿਨ੍ਹਾਂ ਦੇ ਘਰ ਕੀ ਹੋਇਆ ਹਾਲਾਂਕਿ ਗਵਾਂਡੀਆਂ ਤਾਂ ਵੀ ਕਈ ਵਾਰੀ ਧਿਆਨ ਤੁਹਾਡੇ ਘਰ ਦੇ ਵੱਲ ਹੁੰਦਾ ਕਿ ਤੁਸੀਂ ਕਿਹੜੀ ਗੱਲ ਕਰ ਰਹੇ ਹੋ ਔਰ ਤੁਹਾਡਾ ਮਤਲਬ ਕਿ ਕੀ ਚੱਲ ਰਿਹਾ ਇਹ ਨੈਚੁਰਲ ਨੇਚਰ ਆ ਸਾਡੇ ਇੰਡੀਅਨਸ ਦੀ ਕਿ ਇੱਕ ਦੂਸਰੇ ਦੇ ਘਰਾਂ ਦੇ ਵੱਲ ਚਾਗ ਤਾਂ ਅੰਕ ਕਰਨੀ ਹੈ ਨਾ ਦੇਖੀ ਜਾਣਾ ਕੌਣ ਕੀ ਕਰਦਾ ਕਿੱਦਾਂ ਕਰਦਾ ਅਸੀਂ ਪਰੇਸ਼ਾਨ ਵੀ ਹੋ ਜਾਂਦੇ ਹਾਂ ਕਈ ਵਾਰੀ ਕਿ ਇਹ ਬਾਹਰਲੇ ਲੋਕ ਜਦੋਂ ਤੁਹਾਡੀ ਲਾਈਫ ਦੇ ਵਿੱਚ ਇੰਟਰਫੇਅਰ ਕਰਦੇ ਆ ਪਰ ਕਈ ਵਾਰੀ ਇਹ ਚੀਜ਼ ਸਾਨੂੰ ਉਦੋਂ ਦੁੱਖ ਦਿੰਦੀ ਹੈ ਜਦੋਂ ਬਾਹਰਲੇ ਦੇਸ਼ਾਂ ਦੇ ਵਿੱਚ ਤੁਸੀਂ ਇਕੱਲੇ ਕੇਅਰ ਟੇਕਰ ਦੇ ਵਿੱਚ ਆਪਣੇ ਮਾਪੇ ਬਾਪ ਨੂੰ ਦੇਖਦੇ ਆ ਜਾਂ ਕਿਸੇ ਦੇ ਮਾਪੇ ਬਾਪ ਨੂੰ ਦੇਖਦੇ ਆ ਉਹਨਾਂ ਦੇ ਕੋਲ ਗੱਲ ਕਰਨ ਦੇ ਲਈ ਸਿਵਾਏ ਡਾਕਟਰਾਂ ਦੇ ਸਿਵਾਏ ਨਰਸਾਂ ਦੇ ਕੋਈ ਨਹੀਂ ਹੁੰਦਾ ਆਪਣੇ ਪਰਿਵਾਰ ਨਹੀਂ ਹੁੰਦੇ ਇੱਥੇ ਪੰਜਾਬ ਦੇ ਪਿੰਡਾਂ 'ਚ ਤਾਂ ਇਹ ਗੱਲ ਮੰਨੀ ਗਈ ਹੈ ਨਾ ਕਿ ਹੌਲੀ ਗੱਲ ਕਰਿਆ ਕਰੋ ਗਵਾਂਡੀਆਂ ਨੂੰ ਦੱਸਣਾ ਕੀ ਚੱਕਰਾ ਜੇ ਤੁਹਾਡੇ ਘਰ ਕੋਈ ਟੈਨਸ਼ਨ ਵੀ ਹੋ ਗਈ ਹੈ ਤਾਂ ਸ਼ਾਮ ਤੱਕ 4-5 ਬੰਦੇ ਆ ਜਾਂਦੇ ਆ ਘਰੇ ਪੁੱਛਣ ਕੀ ਹੋਇਆ ਕੀ ਵੀ ਹੋਇਆ ਕਿੱਦਾਂ ਹੋਇਆ ਹਨਾ ਇੱਕ ਬੰਦਾ ਹਸਪੀਟਲ ਬਿਮਾਰ ਆ ਸਾਰਾ ਰਿਸ਼ਤੇਦਾਰੀ ਜਿਹੜੀ ਐ ਮਤਲਬ ਤੁਰੀ ਰਹਿੰਦੀ ਐ ਹਾਲ ਪੁੱਛਣ ਹਸਪਤਾਲਾਂ ਦੇ ਵਿੱਚ ਬਾਰਲੇ ਦੇਸ਼ਾਂ 'ਚ ਲੋਕ ਇਹਨਾਂ ਚੀਜ਼ਾਂ ਨੂੰ ਵੀ ਤਰਸਦੇ ਦੇਖੇ ਨੇ ਅੱਖੀ ਪਰ ਇੱਕ ਗੱਲ ਇਹ ਵੀ ਐ ਕਿ ਜਦੋਂ ਕੋਈ ਬਿਮਾਰ ਹੁੰਦਾ ਨਾ ਏ ਵਾਸਤੇ ਬੈਠਾਂ ਦੇ ਨਾਲ ਜੁੜੀ ਹੋਈ ਗੱਲ ਤਾਂ ਨਹੀਂ ਹੈ ਪਰ ਉਤੋਂ ਹੀ ਮੇਰੇ ਦਿਲ 'ਚ ਗੱਲ ਆਈ ਮੈਂ ਕਰ ਲਿਆ ਅਸੀਂ ਜਦੋਂ ਕੋਈ ਬਿਮਾਰ ਹੁੰਦਾ ਨਾ ਉਸਦਾ ਹਾਲ ਚਾਲ ਪੁੱਛਣ ਜਾਂਦੇ ਹਾਂ ਅਗਲੇ ਤੇ ਬੋਝ ਬਣ ਜਾਂਦੇ ਹਾਂ ਇਹ ਨਹੀਂ ਕਿ ਹਾਲ ਚਾਲ ਨਾ ਪੁੱਛਣ ਜਾਓ ਸਗੋਂ ਅਗਲੇ ਲਈ ਕੁਝ ਫਰੂਟਸ ਲੈ ਕੇ ਅਸੀਂ ਜਾਂਦੇ ਹਾਂ ਕੁਝ ਬਣਾ ਕੇ ਲੈ ਜਾਓ ਖਾਣਾ ਬਣਾ ਕੇ ਲੈ ਜਾਓ ਉਸਦੇ ਪਰਿਵਾਰ ਦੀ ਮਦਦ ਆਪਾਂ ਕਰੀਏ ਨਾ ਕਿ ਉੱਥੇ ਜਾ ਕੇ ਉਹਨਾਂ ਨੂੰ ਕਹੀਏ ਲੰਚ ਕਰਾ ਦਿਓ ਬ੍ਰੇਕਫਾਸਟ ਕਰਾ ਦਿਓ ਜਾਂ ਡਿਨਰ ਕਰਾ ਦਿਓ ਹਨਾ ਇਹ ਉਦਾਂ ਪੰਜਾਬੀ ਜਿਹੜੇ ਨੇ ਇਹਨਾਂ ਦੇ ਕਈ ਘਰਾਂ ਦੇ ਵਿੱਚ ਇਹ ਚੀਜ਼ ਹੁੰਦੀ ਹੈ ਜਦੋਂ ਤੁਹਾਨੂੰ ਉਹ ਕਿਤੇ ਵੀ ਮਿਲਣ ਆਉਂਦੇ ਨੇ ਦੁੱਖ ਸੁ ਤੁਹਾਡੇ ਲਈ ਲੈ ਆਉਂਦੇ ਨੇ ਇਹੇ ਚੀਜ਼ਾਂ ਆ ਜਿੱਦਾਂ ਹੁਣ ਆਪਾਂ ਆਮ ਤੌਰ ਤੇ ਦੇਖਦੇ ਆ ਅਮਰੀਕਾ ਦੇ ਵਿੱਚ ਜਿਹੜੀਆਂ ਹੁੰਦੀਆਂ ਨੇ ਦੂਰ ਦੂਰ ਤੱਕ ਤੁਹਾਨੂੰ ਕੋਈ ਨਜ਼ਰ ਨਹੀਂ ਆਉਂਦਾ ਤੁਹਾਡੇ ਘਰ 'ਚ ਤੁਹਾਨੂੰ ਕਿਹੜੀ ਪ੍ਰੋਬਲਮ ਹੈ ਗਵਾਂਢੀਆਂ ਨੂੰ ਉਦੋਂ ਤੱਕ ਨਹੀਂ ਪਤਾ ਲੱਗਦਾ ਜਦੋਂ ਤੱਕ ਤੁਸੀਂ ਨਹੀਂ ਦੱਸਦੇ ਹੋ ਤੇ ਪੰਜਾਬ ਦੇ ਵਿੱਚ ਦੱਸਣ ਦੀ ਵੀ ਲੋੜ ਨਹੀਂ ਹੁੰਦੀ ਦੁੱਖ ਹੋਵੇ ਜਾਂ ਸੁੱਖ ਹੋਵੇ ਘਰ ਦੇ ਗਵਾਂਢੀ ਕੀ ਪੂਰਾ ਮੱਲਾ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਪ੍ਰੋਗਰਾਮ ਵਿਰਾਸਤੀ ਪਹਿਰਾ ਪੰਜਾਬ ਦੇ ਸੂਟ ਪੰਜਾਬ ਦੇ ਕੁਰਤੇ ਵਜਾਂਵੇਂ ਇਹ ਵੀ ਅੱਜ ਦਾ ਨਾ ਬਹੁਤ ਵੱਡਾ ਬਿਜ਼ਨਸ ਨੇ ਪੰਜਾਬ ਦੀ ਸੱਭਿਆਚਾਰ ਦੀਆਂ ਜਿਹੜੀਆਂ ਡ्रेसेस ਆ ਪੰਜਾਬੀ ਸੱਭਿਆਚਾਰ ਦੇ ਜਿਹੜੇ ਕੋਸਟਿਊਮਸ ਨੇ ਉਹ ਤਾਂ ਬਿਜ਼ਨਸ ਤਾਂ ਚਲੋ ਹੋਣਗੇ ਆਬਵੀਅਸਲੀ ਅਗਲੇ ਨੇ ਕਮਾਈ ਕਰਨੀ ਆ ਜੋ ਸੀ ਰਿਆ ਆ ਹਨਾ ਪਰ ਇਹਨੂੰ ਕਿੰਨੀਆਂ ਫਿਲਮਾਂ ਦੇ ਵਿੱਚ ਪੰਜਾਬੀ ਸਲਵਾਰ ਪਟਿਆਲਾ ਸਲਵਾਰ ਦੇ ਨਾਮ ਦੇ ਨਾਲ ਹਾਈਲਾਈਟ ਕੀਤਾ ਜਾਂਦਾ ਤੁਸੀਂ ਦੇਖੋ ਜਿਹੜੀ ਫੁਲਕਾਰੀ ਆ ਉਹ ਫੈਸ਼ਨ ਸ਼ੋਜ਼ ਦੇ ਤੱਕ ਪਹੁੰਚ ਗਈ ਆ ਔਰ ਪੰਜਾਬ ਦੇ ਵਿੱਚ ਤਾਂ ਇਹ ਵੀ ਹੁੰਦਾ ਨਾ ਕਿ ਤੁਸੀਂ ਆਪਣੀ ਫੁਲਕਾਰੀ ਜੱਜ ਲੈ ਲਈ ਤਾਂ ਅਗਲੇ ਨੂੰ ਕਹਿ ਦਿਓ ਲੈ ਮਤਲਬ ਦੋਸਤਾਂ ਮਿੱਤਰਾਂ ਦੇ ਵਿੱਚ ਪਹਿਣਾ ਪਣਾ ਦੇ ਵਿੱਚ ਪਰਾਵਾਂ ਦੇ ਨਾਲ ਤਾਂ ਹਾਲਾਂਕਿ ਫੁਲਕਾਰੀ ਨਹੀਂ ਵੰਡੀ ਜਾ ਸਕਦੀ ਪਹਿਣਾ ਪਹਿਣਾ ਦੇ ਨਾਲ ਤੁਸੀਂ ਫੁਲਕਾਰੀ ਵੀ ਚੇਂਜ ਕਰਾ ਲੈਣਿਓ ਨਹੀਂ ਤੋ ਐਸੀ ਆ ਲਾ ਜਾ ਮੈਂ ਉਹ ਲੈ ਜੂ ਹੈ ਨਾ ਕੁੜਤੇ ਪਜਾਮਿਆਂ ਦੀ ਅਦਲਾ ਬਦਲੀ ਆਸਾਨੀ ਦੇ ਨਾਲ ਕਰ ਲੈਣਿਓ ਮਤਲਬ ਪੁਰਾਣੇ ਜ਼ਮਿਆਂ ਦੇ ਦੌਰਾਨ ਕਿਸੇ ਦੋਸਤ ਮਿੱਤਰ ਦੇ ਕੱਪੜੇ ਪਾ ਲੈ ਜਾਣੇ ਰਿਸ਼ਤੇਦਾਰਾਂ ਦੇ ਕੱਪੜੇ ਪਾ ਲੈ ਜਾਣੇ ਸਾਡੇ ਪੰਜਾਬੀ ਕਲਚਰ ਚ ਮਾੜਾ ਨਹੀਂ ਸੀ ਮੰਨਿਆ ਜਾਂਦਾ ਜੇ ਤਾਇ ਦੇ ਜਵਾਕਾਂ ਦੇ ਕੱਪੜੇ ਛੋਟੇ ਹੋ ਗਏ ਚਾਚੇ ਦੇ ਜਵਾਕਾਂ ਨੂੰ ਮਿਲ ਜਾਣੇ ਹਨ ਕੋਈ ਐਦਾਂ ਮਾੜੀ ਗੱਲ ਨਹੀਂ ਸੀ ਮੰਨੀ ਜਾਂਦੀ ਇੰਨਾ ਪਿਆਰ ਅਸੀਂ ਆਪਣੇ ਬਜ਼ੁਰਗਾਂ ਤੋਂ ਸੁਣਿਆ ਕਿ ਪਿੰਡਾਂ ਚ ਇੱਕ ਦੂਸਰੇ ਦਾ ਇੱਕ ਦੂਸਰੇ ਦੇ ਨਾਲ ਹੁੰਦਾ ਸੀਗਾ ਹੁਣ ਦੇਖ ਹੁਣ ਆਪਾਂ ਇਹ ਸੋਚ ਸਕਦੇ ਆਂ ਅੰਗਰੇਜ਼ੀ ਦਾ ਅੱਖਰ ਹੈ ਨਾ ਇਮੇਜਿਨ ਕਰ ਸਕਦੇ ਆਂ ਕਿ ਕਿਸੇ ਦੇ ਲਾਏ ਹੋਏ ਕੱਪੜੇ ਰਿਸ਼ਤੇਦਾਰੀ ਚ ਕੋਈ ਪਾ ਰਿਹਾ ਹਨ ਲੋਕੀ ਆਪਣੀ ਇਹਨੂੰ ਆਪਣੀ ਈਗੋ ਤੇ ਲੈ ਲੈਂਦੇ ਆ ਨਾ ਚੀਜ਼ਾਂ ਨੂੰ ਸੋ ਪੰਜਾਬੀ ਕੱਪੜੇ ਹਰ ਜਗ੍ਹਾ ਮਸ਼ਹੂਰ ਨੇ ਪੰਜਾਬੀ ਜਿਹੜੀ ਰਿਸ਼ਤੇਦਾਰੀ ਹੈ ਹਰ ਜਗ੍ਹਾ ਮਸ਼ਹੂਰ ਹੈ ਪਰ ਸ਼ਾਇਦ ਸਰਹੱਦਾਂ ਟੱਪਦਿਆਂ ਇਹ ਬਦਲਣ ਲੱਗੀ ਹੈ ਜਾਂ ਫਿਰ ਅਸੀਂ ਪੰਜਾਬ 'ਚ ਰਹਿੰਦੇਆਂ ਹੋયા ਵੀ ਇਹਨਾਂ ਚੀਜ਼ਾਂ ਤੋਂ ਦੂਰ ਹੋਣ ਲੱਗਿਆਂ ਗੱਲ ਉੱਥੇ ਮੁੱਕਦੀ ਹੈ ਕਿਸੇ ਦੀ ਪਰਸਨਲ ਲਾਈਫ ਦੇ ਵਿੱਚ ਲੋੜ ਤੋਂ ਜ਼ਿਆਦਾ ਦਖਲਅੰਦਾਜ਼ੀ ਮਾੜੀ ਹੋ ਸਕਦੀ ਹੈ ਪਰ ਪੰਜਾਬੀਆਂ ਦੇ ਸੁਭਾਅ ਦੇ ਮੁਤਾਬਕ ਪੰਜਾਬੀ ਸੱਭਿਆਚਾਰ ਦੇ ਮੁਤਾਬਕ ਦੁੱਖ ਸੁੱਖ ਦੇ ਵਿੱਚ ਖੜਨਾ ਇੱਕ ਦੂਸਰੇ ਦੇ ਨਾਲ ਮਾੜਾ ਨਹੀਂ ਹੁੰਦਾ ਅਗਲੇ ਤੋਂ ੱੱਕੇ ਨਾਲ ਪੁੱਛ ਲੈਣਾ ਦੱਸਦੇ ਨੂੰ ਕੋਈ ਦੁੱਖ ਤਾਂ ਨਹੀਂ ਹੈ ਇਹ ਬਾਣਾ ਨਹੀਂ ਹੁੰਦਾ ਨਾਲ ਖੜਨ ਦੇ ਵਾਲੇ ਜਦੋਂ ਹੁੰਦੇ ਨੇ ਨਾਲ ਖੜਨ ਵਾਲੇ ਲੋਕ ਜਿਹੜੇ ਹੁੰਦੇ ਨੇ ਸ਼ਾਇਦ ਇਸੇ ਲਈ ਵੀ ਪੰਜਾਬੀ ਜਾਣੇ ਜਾਂਦੇ ਆ ਰਾਸਤੇ ਵੜਾ ਪ੍ਰੋਗਰਾਮ ਦੇ ਵਿੱਚ ਅੱਜ ਦੇ ਲਈ ਨਈਆਂ ਜਿਵੇਂ ਮੈਂ ਤੁਹਾਡੇ ਨਾਲ ਉਹ ਸਾਰੀਆਂ ਗੱਲਾਂ ਕੀਤੀਆਂ ਜਿਹੜੀਆਂ ਸ਼ਾਇਦ ਪੰਜਾਬੀਆਂ ਦੇ ਵਿੱਚੋਂ ਮੁੱਕਣ ਲੱਗੀਆਂ ਜਾਂ ਜਿਨ੍ਹਾਂ ਦੇ ਕਰਕੇ ਪੰਜਾਬੀਆਂ ਦਾ ਨਾਮ ਹੁੰਦਾ ਹੈ ਜਾਂ ਥੋੜਾ ਜਿਹਾ ਸੱਭਿਆਚਾਰਕ ਜਿਹੜਾ ਸਾਡੇ ਬਦਲਾਅ ਆਉਣ ਲੱਗਾ ਸੋ ਸਮਾਂ ਵੀ ਬਦਲਾਅ ਦਾ ਨਾਮ ਹੀ ਹੈ ਕਿਉਂਕਿ ਬਦਲਦਾ ਰਹਿੰਦਾ ਹੈ ਤੇ ਹੁਣ ਤਾਂ ਮੈਂ ਕਿ ਅਸੀਂ ਇਸ ਪ੍ਰੋਗਰਾਮ ਨੂੰ ਮੈਂ ਇੱਥੇ ਖਤਮ ਕਰਦੇ ਹਾਂ ਪਰ ਨਾ ਸਾਡਾ YouTube ਚੈਨਲ ਹੈ ਪੰਜਾਬ ਮੇਲ USATV ਉਸ ਨੂੰ ਤੁਸੀਂ ਜ਼ਰੂਰ ਸਬਸਕ੍ਰਾਈਬ ਕਰਦੇ ਹੋ ਤੇ ਬਰुण ਕੌਰ ਮਾਨ ਨੂੰ ਇਸ ਪ੍ਰੋਗਰਾਮ ਨੂੰ ਇੱਥੇ ਖਤਮ ਕਰਨ ਦੀ ਆਗਿਆ ਦੇ ਦਿਓ ਜੀ ਸ਼ੁਕਰੀਆ ਸਤਿ ਸ਼੍ਰੀ ਅਕਾਲ